ਬੜੀ ਸਾਹਿਬ ਉਹ ਮੈਨੂੰ ਦੱਸ ਦਿਓ ਕਿਹਦੀ ਖਲ ਲਾਣੀ ਹੈ ਭਾਈ ਜਾਨ ਬਹੁਤ ਕੰਮ ਹੈ ਉਹ ਦੱਸਨੇ ਯਾਰ 1 ਮਿੰਟ ਉਹ ਭਾਈ ਜਾਨ ਬਹੁਤ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਉਹ ਮੈਂ 3 ਗਾਹਕਾਂ ਨੂੰ ਟਾਈਮ ਦਿੱਤਾ ਹੋਇਆ 1 ਮਿੰਟ 1 ਮਿੰਟ ਬਲਕਿ ਉਹ 1 ਮਿੰਟ 1 ਮਿੰਟ ਸ਼ੁਰੂ ਹੋ ਗਿਆ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਡੀਬੀ ਟੀਵੀ ਤੋਂ ਜਨਾਬ ਪੱਟੀ ਆ ਗਿਆ ਤੁਹਾਡੀ ਖਿਦਮਤ 'ਚ ਹਾਜ਼ਰ WTF ਔਰ ਮੇਰੇ ਅੱਜ ਕੇ ਮਹਿਮਾਨ ਜੋ ਹੈ ਉਨਸੇ ਆਪਕੀ ਮੈਂ ਤਾਰੀਫ ਕਰਾਉਂਗਾ ਓਕੇ ਲਓ ਜੀ ਫਿਰ ਅੱਜ ਮੈਂ ਆਪਕੋ ਬਤਾਨੇ ਲਗਾ ਹੂੰ ਕਿ ਕੈਸੇ ਛੇਲ ਉਤਰਤੀ ਹੈ ਕੈਸੇ ਖਲ ਉਤਰਤੀ ਹੈ ਕੈਸੇ ਟੋਕਾ ਚਲਤਾ ਹੈ ਕੈਸੇ ਆਸਤੀਨ ਕਾ ਸਾਂਪ ਨਿਕਲਤਾ ਹੈ ਔਰ ਉਹ ਕਹਤੇ ਹੈ ਨਾ ਕਿ ਬਗਲ ਮੇਂ ਛੁਰੀ ਔਰ ਡਿੰਡੋਰਾ ਦਾ ਲਖਨਊ ਦੇ ਆਜ ਹਮਾਰੇ ਸਾਥ ਇੱਕ ਐਸੀ ਸ਼ਖਸੀਅਤ ਮੌਜੂਦ ਹੈ ਜਿਨ੍ਹੋਂਨੇ ਵੋ ਛੁਰੀ ਫੇਰੀ ਹੈ ਸਾਰੀ ਜ਼ਿੰਦਗੀ ਔਰ ਅਬ ਇੱਕ ਆਜ਼ਾਦ ਕਸਾਈ ਕੀ ਹੈਸੀਅਤ ਸੇ ਪੱਪੂ ਕਸਾਈ ਹਮਾਰੇ ਸਾਥ ਹੈ ਪੱਪੂ ਸਾਹਿਬ ਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਟੀ ਰੋਡ 'ਤੇ ਕੁਰਬਾਨੀਆਂ ਹੋਈਆਂ ਅੱਜ ਛੁਰੀਆਂ ਅਤੇ ਛੁਰੀਆਂ ਚੱਲੀਆਂ ਸਾਰੀ ਜੀ ਟੀ ਰੋਡ ਉੱਤੇ ਕੱਪਦੇ ਗਏ ਉਹ ਕੀ ਹਾਲ ਹੈ ਕਾਕਾ ਹਲਕਾ ਜਿਹਾ ਵੈਸੇ ਵਿੱਚ ਮੌਸੀਕਾਰ ਵੀ ਹੈ ਆਪਕੇ ਉਹ ਭਾਈ ਸਾਡਾ ਤਾਂ ਗਾਣੇ ਦੇ ਬਗੈਰ ਦਿਲ ਨਹੀਂ ਗੁਜ਼ਰਦਾ ਅਸੀਂ ਤਾਂ ਜਦੋਂ ਤੱਕ ਬੱਕਰਾ ਹਲਾਲ ਕਰਦੇ ਹਾਂ ਅੱਗੇ ਪਿੱਛੇ ਕੋਈ ਗਾਣਾ ਨਾ ਗਈਏ ਸਾਡੇ ਤਾਂ ਟਾਈਮ ਨਹੀਂ ਲੰਘਦਾ ਛੰਨੂ ਕੀ ਅੱਖ ਮੇਂ ਇੱਕ ਨਸ਼ਾ ਹੈ ਛੰਨੂ ਕੀ ਅੱਖ ਮੇਂ ਇੱਕ ਨਸ਼ਾ ਹੈ ਮੇਰੇ ਕੋਲ ਇੱਕ ਬੱਕਰਾ ਹੈ ਉਹ ਲਿਆਓ ਬੱਕਰੇ ਕਿੰਨੇ ਢਾਣੇ ਨੇ ਬੱਕਰੇ ਵਾਲੀ ਬਾਤ ਨਹੀਂ ਹੈ ਜੀ ਆਪਕੋ ਐਜ਼ ਅ ਗੈਸਟ ਬੁਲਾਇਆ ਆਪ ਮੈਨੂੰ ਇਹ ਬਤਾਏ ਕਿ ਇਸ ਪ੍ਰੋਫੈਸ਼ਨ ਮੇਂ ਕਬ ਸੇ ਆਪ ਮੈਂ ਜੀ ਪੌਣੇ 2.5 ਸਾਲ ਹੋ ਗਏ ਨੇ ਬਸ ਹਾਂਜੀ ਉਹ ਤੋਂ ਪਹਿਲੇ ਮੇਰਾ ਆਪਣੀ ਵੈਗਨਾ ਦਾ ਕੰਮ ਸੀ ਉਹਦੇ ਬਾਅਦ ਉਹ ਚੱਲ ਨਹੀਂ ਆ ਸੀ ਵੈਸੇ ਪੱਪੂ ਕਸਾਈ ਆਪਕਾ ਨਾਮ ਪੱਪੂ ਕਿਸੇ ਨੇ ਬਹੁਤ ਫਿਟ ਡਾਲਾ ਮਾਸ਼ਾਅੱਲਾ ਪਹਿਲਾ ਕਸਾਈ ਹੈ ਜਿਹੜਾ ਇੱਕ ਵਾਰੀ ਆਏ ਅਗਲੇ ਅੰਦਰ ਖੁੰਡੀ ਲਾ ਲੈਣ ਬਾਹਰ ਨਾ ਜਾਣ ਦੇ ਉਹ ਭਾਈ ਜਾਨ ਮੈਂ ਸਫਾਰਿਸ਼ ਤੇ ਕਸਾਈ ਹੋਇਆ ਅੱਛਾ ਜੀ ਵਾਲਦ ਸਾਹਿਬ ਮੇਰੇ ਮਿਨਿਸਟਰ ਨਾਲ ਹੁੰਦੇ ਸਨ ਗੱਡੀ ਚਲਾਉਂਦੇ ਸਨ ਸ਼ਾਸਤ ਸੇ ਵੀ ਤਲਕ ਹੈ ਵਾਲਦ ਸਵਾਲ ਸਾਹਿਬ ਦਾ ਮਿਨਿਸਟਰ ਨਾਲ ਗੱਡੀ ਚਲਾਉਂਦੇ ਸਨ ਅੱਛਾ ਆਪ ਉਸ ਜਮਾਤ ਕੇ ਕਸਾਈ ਹੈ ਜਿਨ ਕੀ ਬੁਰੀ ਤਰ੍ਹਾਂ ਹਾਰ ਹੋਈ ਹੈ ਉਹ ਭਾਈ ਜਮਾਤ ਕੋਈ ਨਹੀਂ ਸਾਡੇ ਕੋਲੋਂ ਜਿਹੜਾ ਕੋਈ ਮੰਗ ਲਵੇ ਅਸੀਂ ਜਮਾਤਾਂ ਵੇਖੀਏ ਸਾਡਾ ਕੰਮ ਕਿਵੇਂ ਚੱਲੂ ਆ ਕੱਲ ਮੈਂ ਜਨਾਬੇ ਵਾਲੀ ਇੱਕ ਬੜੀ ਪਾਰਟੀ ਦੇ ਘਰ 3 ਜ਼ੇਬਰੇ ਜ਼ਬਾ ਕੀਤੇ ਨੇ ਭਾਈ ਜਾਨ ਜ਼ੇਬਰੇ 3 ਜ਼ੇਬਰੇ ਬੜੇ ਤੂੰ ਜ਼ਬਾ ਨਹੀਂ ਹੁੰਦੇ ਜੀ ਉਹ ਭਾਈ ਜਾਨ ਮੈਂ ਕਰ ਲੈਣਾ ਮੇਰੀ ਛੁਰੀ ਹੋਵੇ ਤੇ ਹਰ ਸ਼ੈ ਜ਼ਬਾ ਹੋ ਜਾਂਦੀ ਆਈ ਆਈ ਕਰਕੇ ਹਾਰੀ ਵੀ ਪਾਰਟੀ ਕੇ ਘਰ ਉਹ ਭਾਈ ਜਾਨ ਜਿਹੜੀ ਮਰਜ਼ੀ ਪਾਰਟੀ ਹੋਵੇ ਭਾਵੇਂ ਡਾਂਸ ਪਾਰਟੀ ਹੋਵੇ ਭਾਵੇਂ ਨਾਈਟ ਪਾਰਟੀ ਹੋਵੇ ਅੱਛਾ ਇਹ ਸਦਕੇ ਦੇ ਬੱਕਰੇ ਦਾ ਰੇਟ ਔਰ ਹੈ ਜਨਾਬ ਸਦਕੇ ਦੇ ਬੱਕਰੇ ਅਸੀਂ ਜ਼ਿਆਦਾ ਪੈਸੇ ਲੈਂਦੇ ਆ ਉਹ ਕਿਉਂ ਸਦਕੇ ਦਾ ਤਾਂ ਅੱਛਾ ਕੰਮ ਹੁੰਦਾ ਹੈ ਬਲਾਵਾ ਟਲਦੀਆਂ ਨੇ ਭਾਈ ਜਾਨ ਤੁਸੀਂ ਵੀ ਟਲਵਾ ਕੇ ਵੇਖੋ ਬਲਾ ਕੋਈ ਜ਼ਿਆਦਾ ਲੈਂਦੇ ਆ ਜਨਾਬ ਸਵਾਬ ਦਾ ਸਵਾਬ ਤੇ ਜਨਾਬ ਕਮਿਟਮੈਂਟ ਦੀ ਕਮਿਟਮੈਂਟ ਤੇ ਜਨਾਬ ਆਮਦਨ ਦੀ ਸਾਰਾ ਖੂਨ ਤੁਸੀਂ ਸੀਨੇ ਤੇ ਮਲਿਆ ਉਹ ਭਾਈ ਜਾਨ ਪਤਾ ਕੀ ਹੈ ਉਹ ਇੱਕ ਮੇਰੇ ਕੋਲ ਛੁਰੀ ਖੁੰਡੀ ਸੀ ਮੈਂ ਕੁਕੜੀ ਫਿਰ ਗਰਦਨ ਮਰੋੜ ਕੇ ਹਲਾਕ ਕਰਤੀ ਪੱਪੂ ਅੱਖ ਨਾ ਕੱਢ ਲਈ ਆਪਣੀ ਆਪ ਵੀ ਪਤਾ ਚੱਲੇ ਬਾਂਟੇ ਖੇਡ ਰਿਹਾ ਹੋਵੇ ਇੱਥੇ ਕੋਈ ਪੱਪੂ ਕਸਾਈ ਇਹ ਬਤਾਏ ਆਪਕਾ ਸਿਆਸਤ ਮੇਂ ਦਿਲਚਸਪੀ ਹੈ ਪਰ ਥੋੜੀ ਬਹੁਤ ਹੈਗੀ ਸਾਡੇ ਮਹੱਲੇ 'ਚ ਆਹ ਜਿਹੜੇ ਹੁਣੇ ਇਲੈਕਸ਼ਨ ਹੋਏ ਹੈ ਹਾਂਜੀ ਇਸਕੇ ਉੱਪਰ ਆਪਨੇ ਕੋਈ ਨਜ਼ਰ ਰੱਖੀ ਆ ਆਪਕੋ ਪਤਾ ਕੌਣ ਜੀਤਾ ਹੈ ਉਹ ਮੇਰੇ ਕੋਲ ਆਏ ਸਨ ਉਮੀਦਵਾਰ ਕੇ ਜੀ ਸਾਨੂੰ ਵੋਟ ਪਾਓ ਮੈਂ ਕਿਹਾ ਜੀ ਮੇਰੇ ਕੋਲੋਂ ਤੁਸੀਂ ਵਾਅਦਾ ਲਵੋਗੇ ਤੁਹਾਡੇ ਮਹੱਲੇ ਦੇ ਤੁਹਾਡੇ ਹਲਕੇ ਦੇ ਸਾਰੇ ਲੋਕ ਛਿਛੜੇ ਤੇ ਮੁਰਗੀ ਤੇ ਬਿੱਲੀਆਂ ਸਾਰੇ ਕੋ ਮੇਰੇ ਕੋਲ ਲਵਾਂਗਲੇ ਤਾਂ ਫਿਰ ਮੈਂ ਤੁਹਾਨੂੰ ਦਵਾਂਗਾ ਤਾਂ ਸਾਡੀ ਕਸਾਈ ਬਰਾਦਰੀ ਸਾਡੇ ਜਿੰਨੀ ਵੀ ਫੈਮਿਲੀ ਹੈ ਅਲਹਮਦੁਲਿਲਾ ਘਰ ਦੇ 4 ਵੋਟ ਨੇ ਅੱਛਾ ਇਹ ਆਪਕਾ ਬਿਜ਼ਨਸ ਜੋ ਹੈ ਉਹ ਤਾਂ ਈਦ ਕੇ ਕਰੀਬ ਕਰੀਬ ਚਮਕਤਾ ਹੈ ਜਾਂ ਜਬ ਇਸ ਤਰ੍ਹਾਂ ਦਾ ਕੋਈ ਇਲੈਕਸ਼ਨ ਮੇਂ ਜੀਤ ਹੋ ਜੇ ਤੇ ਲੋਕ ਕੋਈ ਵੇੜੇ ਤੇ ਉਹ ਬੱਕਰੇ ਤੋ ਬਾਕੀ ਟਾਈਮ ਤੋਂ ਆਪ ਵਿਹਲੇ ਰਹਿਤੇ ਹੋਗੇ ਤੋ ਇੱਕ ਅੱਧਾ ਦੁਪੱਟਾ ਰੱਖੇ ਮਾਸ਼ਾਅੱਲਾ ਅੱਲਾ ਨੇ ਜੈਸੀ ਸ਼ਕਲੋ ਸੂਰਤ ਦੀ ਹੈ ਪਾਰਟ ਟਾਈਮ ਤੁਸੀਂ ਚੰਗੇ ਭਲੇ 250-300 ਦੇ ਕਾਰੀਗਰ ਹੋ ਉਹ ਭਾਈ ਜਾਨ ਬਾਦ ਹੀ ਹੈ ਹਮਾਰਾ ਕੰਮ ਕਦੇ ਨਹੀਂ ਰੁਕਦਾ ਭਾਈ ਜਾਨ ਨਹੀਂ ਰੁਕਦਾ ਜੇ ਭਾਈ ਗੱਲ ਇਹ ਵੇ ਕਿ ਜਨਾਬ ਜਦੋਂ ਬਕਰਾ ਈਦ ਨਹੀਂ ਹੁੰਦੀ ਤੇ ਅਸੀਂ ਜਨਾਬ ਲੋਕਾਂ ਦੇ ਘਰ ਬੈਲ ਮਾਰ ਕੇ ਆਪਣਾ ਬਰੋਸ਼ਰ ਸੁੱਟ ਦਿੰਦੇ ਆ ਸਾਡੇ ਲੋਕ ਬਕਰਾ ਕਪਵਾਓ ਮੈਂ ਕਹਾਂ ਲੋਕਾਂ ਨੂੰ ਘਰ 'ਚ ਅਸੀਂ ਲਾਮੇ ਭੇਜਦੇ ਹਾਂ ਬਾਰ ਬਾਰ ਕਹਿੰਦੇ ਹਾਂ ਕਿ ਜਨਾਬ ਖੁਦਾ ਦਾ ਖੌਫ ਕਰੋ ਸਦਕਾ ਦਿਓ ਜਨਾਬ ਡਰੋ ਅੱਲਾ ਦੇ ਅਜ਼ਾਬ ਤੋਂ ਗਰੀਬਾਂ ਦੀ ਮਦਦ ਕਰੋ ਤੇ ਗੋਸ਼ਤ ਤਕਸੀਮ ਕਰੋ ਤੇ ਮੁਰਗੀਆਂ ਮੈਂ ਸੁਣਾ ਕਿ ਆਨਲਾਈਨ ਤੁਸੀਂ ਕੋਈ ਬਿਜ਼ਨਸ ਆਪਨੇ ਸ਼ੁਰੂ ਕੀਤਾ ਹੈ ਕਿ ਆਨਲਾਈਨ ਆਪਣੇ ਰੇਟ ਬਤਾ ਦਿਏ ਹੈ ਤੋ ਬੱਕਰੇ ਦਾ ਕੀ ਰੇਟ ਹੈ ਅਬ ਇਸ ਵਾਰ ਜਨਾਬ ਬੱਕਰੇ ਅਸੀਂ ਜਨਾਬ ਜ਼ਿਆਦਾ ਨਹੀਂ ਅਸੀਂ ਕਿਹਾ ਗਰੀਬ ਆਵਾਮ ਨੂੰ ਪਾਕ ਖਿਆਲ ਰੱਖਣਾ ਚਾਹੀਦਾ ਹੈ ਅਸੀਂ 90,000 ਦਾ ਬੱਕਰਾ ਰੱਖਿਆ ਹੈ ਅਸੀਂ ਤੁਹਾਡੇ 90,000 ਦਾ ਘਰ ਪਹੁੰਚਾ ਕੇ ਆਵਾਂਗੇ ਬਗੈਰ ਚਰਬੀ ਤੋਂ ਕੱਟ ਕੇ ਪੂਰਾ ਬਿਲਕੁਲ ਪਲੈਨ ਕਰਕੇ 90,000 ਦਾ ਬਿਲਕੁਲ ਫਰੈਸ਼ 20,000 ਹੋਰ ਪਾ 1-5 ਆ ਜਾਂਦੀ ਭਾਈ ਜਾਨ 1-5 ਚ ਉਹ ਮਦਦ ਨਹੀਂ ਜਿਹੜੇ ਬੱਕਰੇ ਚ ਨੇ ਉਹਦੀ ਬੂਟੀਆਂ ਬਣਦੀਆਂ ਨੇ 1-5 ਦੀਆਂ ਦੱਸੋ ਨਾ ਜ਼ਰਾ ਔਰ ਬੈਲ ਕਾ ਬੈਲ ਅਲਹਮਦੁਲਿਲਾ ਅਸੀਂ ਮੋਟੇ ਤਗੜੇ ਅੱਛੇ ਬੈਲ ਯਕੀਨ ਮਾਨੋ 4 ਲੱਖ 5 ਲੱਖ 6 ਲੱਖ 10 ਲੱਖ 15 ਲੱਖ ਅੱਛਾ ਇਹ 6 ਮਹੀਨੇ ਪਹਿਲੇ ਆਪ ਤੇ ਬੱਕਰੇ ਚੋਰੀ ਦਾ ਇਲਜ਼ਾਮ ਲਗਾ ਥਾ ਔਰ ਆਪ ਕੋ 6 ਮਹੀਨੇ ਡਿਆਲਾ ਰਹਿ ਕੇ ਆਏ ਹੈ ਇਸ ਕੀ ਕਿਆ ਇਹ ਕਿਆ ਹੁਆ ਉਹ ਭਾਈ ਜਾਨ ਚੋਰੀ ਨਹੀਂ ਜੀ ਉਹ 2 ਬੱਕਰੇ ਇਕੱਠੇ ਮੈਂ ਚੁੱਕੇ ਤਾਂ ਉਹਨੇ ਪੁੱਛ ਰਿਹਾ ਤਾਂ ਉਹ ਚੋਰ ਉਹ ਮੈਂ ਕਿਹਾ ਚੋਰ ਨਹੀਂ ਮੈਂ ਤਾਂ ਇਹ ਚੈੱਕ ਕਰ ਰਿਹਾ ਕਿ ਵਜ਼ਨ ਕਿਤਾ ਜ਼ਿਆਦਾ ਹੈ ਅੱਛਾ ਹਾਂਜੀ ਆ ਲੋਕ ਨਹੀਂ ਮੰਨਦੇ ਜੀ ਮੈਂ ਪੱਪੂ ਕਸਾਈ ਦੀ ਕਦੀ ਜ਼ਿੰਦਗੀ 'ਚ ਚੋਰੀ ਨਹੀਂ ਕੀਤੀ ਪੰਜ ਟਾਈਮ ਦੇ ਕਸਾਈ ਹੋ ਤੁਸੀਂ ਜਨਾਬ ਤੁਸੀਂ ਸੋਚ ਸਕਦੇ ਹੋ ਭਾਈ ਜਾਨ ਮੈਂ ਤੇ ਕੱਲ ਅੱਛਾ ਤੁਸੀਂ ਹੁਣ ਗੱਲਾਂ 'ਚ ਗੱਲ ਯਾਦ ਕਰਾਈ ਮੈਨੂੰ ਹੁਣ ਮੈਨੂੰ ਜਨਾਬ ਸਿੰਧ ਬੰਦੇ ਨੇ ਘੱਲਿਆ ਸਿੰਧ ਹਾਂਜੀ ਉਹਨੇ ਕਹਿ ਗਿਆ ਜੀ ਅਸੀਂ ਇੱਥੇ ਤੁਸੀਂ ਬਚ ਕੇ ਵਾਪਸ ਆ ਗਏ ਇਸ ਰੰਗ ਨਾਲ ਉਹ ਸਾਰੋ ਕੀ ਰੰਗ ਉੱਥੇ ਮੈਂ ਨਕਾਬ ਕਰਕੇ ਗਿਆ ਕਿ ਮੈਂ ਕਿਹਾ ਬਸ ਅਸੀਂ ਸ਼ਰਈ ਜਰਾ ਕਸਾਈ ਆ ਪਰਦਾ ਕਰਦੇ ਹਾਂ ਜੀ ਅਸੀਂ ਅੱਛਾ ਪਰਦਾ ਬੁਰਖਾ ਪਾ ਕੇ
ਤਕਲੀਫ ਕੋਈ ਨਹੀਂ ਸੀ, ਪੀੜ ਬੜੀ ਹੋਣ ਡਈ ਸੀ। ਗੱਲ ਇਹ ਜਨਾਬ ਯਾਰੀ, ਮੈਨੂੰ ਬੰਦੇ ਨੇ ਘੱਲਿਆ, ਕਹਿੰਦਾ ਜਨਾਬ ਅਸੀਂ ਜਨਾਬ ਦੋ ਡੋਂਕੀ ਤੇ ਇੱਕ ਡਾਇਨਾਸੌਰ ਜ਼ਬਾ ਕਰਨਾ। ਹਾਂਜੀ, ਦੋ ਡੋਂਕੀ ਤੇ ਇੱਕ ਡਾਇਨਾਸੌਰ ਜ਼ਬਾ ਕਰਨਾ। ਯਾਰ ਇਹ ਕਾਰਟੂਨ ਨੈਟਵਰਕ ਹੈ, ਡੀਬੀ ਟੀਵੀ ਹੈ, ਉਹ ਡਾਇਨਾਸੌਰ ਵਿੱਚ ਪਾ ਲੇ। ਆਪ ਇਹ ਕਾਵਾ ਪੀਆ, ਆਪਕੀ ਪੂਰੀ ਬਾਤ ਸੁਣਤੇ। ਲਓ ਜੀ ਬੱਬੂ ਕਸਾਈ, ਇਹ ਚਾਈਨਾ ਬੜਾ ਬਿਜ਼ਨਸ ਕਰ ਰਿਹਾ ਹੈ, ਇਹ ਆਪਕੋ ਪਤਾ ਸੀ ਪੈਕ ਬਣ ਰਿਹਾ ਹੈ, ਅਬ ਚਾਈਨਾ ਕੀ ਚੀਜ਼ੇ ਆ ਰਹੀ ਹੈ, ਤੋ ਯੇ ਜਾਨਵਰ ਸ਼ਾਨਵਰ ਵੀ ਚਾਈਨਾ ਸੇ ਆਏਂਗੇ, ਤੋ ਆਪਕਾ ਤੋ ਕਾਰੋਬਾਰ ਠੱਪ ਹੋ ਜਾਏਗਾ। ਓ ਭਾਈ ਜਾਨ, 90,000 ਵਾਲਾ ਸੁਣਾ ਕਿ 5,000 ਆਪ ਡਾਊਨ ਪੇਮੈਂਟ ਦੇ ਔਰ 2,000 ਰੁਪਇਆ ਮਹੀਨਾ ਕਿਸ਼ਤ ਦੇ ਔਰ ਬੱਕਰਾ ਲੈ ਲੈ। ਓ ਭਾਈ ਜਾਨ, ਚਾਈਨਾ ਦੀ ਚੀਜ਼ ਦਬਾਰ ਨਹੀਂ ਕਰਨਾ, ਉਹ ਉੱਥੋਂ ਜਿਹੜਾ ਬੈਲ ਆਉਂਦਾ 3 ਦਿਨ ਬਾਅਦ ਬੱਕਰਾ ਬਣ ਜਾਂਦਾ, ਤੇ ਬੱਕਰੇ ਦੇ ਬਾਅਦ 2 ਦਿਨ ਬਾਅਦ ਲੋਮੜੀ ਬਣ ਜਾਂਦੀ ਹੈ, ਉਹਨਾਂ ਦਾ ਕੋਈ ਇਤਬਾਰ ਨਹੀਂ ਕਰਨਾ। ਸਾਡੀ ਸੁੱਚੀ ਚੀਜ਼ ਹੁੰਦੀ ਹੈ ਭਾਈ ਜਾਨ, ਚੁਣ ਕੇ ਪੀਸ ਲਿਆਈਦਾ, ਚੁਣ ਕੇ ਤੁਹਾਡਾ ਭਾਈ ਕੀ ਆਏ ਹਾਏ। ਅੱਛਾ, ਕਿਹੜੇ ਇਲਾਕੇ ਕੇ ਜਾਨਵਰ ਆਪਕੀ ਨਜ਼ਰ ਮੇਂ ਬਹੁਤ ਜ਼ਬਰਦਸਤ ਹੈ? ਸਰ ਤੁਹਾਨੂੰ ਪਤਾ ਹੀ ਕੋਈ ਨਹੀਂ, ਆ ਜਿਹੜਾ ਲਾੜਕਾਨੇ ਦੇ ਬੰਦਰ ਐਡੇ ਮਸ਼ਹੂਰ ਨੇ, ਅਸੀਂ ਤੇ ਜਨਾਬ ਲੋਕਾਂ ਨੂੰ ਸਪਲਾਈ ਕਰ ਦਿੰਦੇ ਹਾਂ, ਤੇ ਤੁਹਾਨੂੰ ਪਤਾ ਹੀ ਨਹੀਂ ਕਿ ਜਨਾਬੇ ਆਲੀ ਲੋਮੜੀ ਗਿਲਗਿਤ ਦੀ ਹੈ ਜਿਹਦੀ ਅਸੀਂ ਵੇਚਦੇ ਹਾਂ, ਕਿ ਤੁਸੀਂ ਸਮਝ ਨਹੀਂ ਸਕਦੇ। ਤੇ ਲੋਮੜੀ ਅਬੇ, ਮੈਂ ਹਲਾਲ ਜਾਨਵਰੋਂ ਕੀ ਬਾਤ ਕਰ ਰਹਾ ਹੂੰ, ਲੋਮੜੀ ਬਾਂਦਰ ਹਲਾਲ ਗੱਲ ਕਰ ਲਓ। ਇਹ ਜਨਾਬੇ ਆਲੀ ਜਦੋਂ ਮਰੀ ਦੇ ਜਿਹੜੇ ਬੱਕਰੇ ਨੇ, ਓਏ ਹੋਏ, ਪੂਰੇ ਪਾਕਿਸਤਾਨ 'ਚ ਬੜੀ ਡਿਮਾਂਡ ਹੈ, ਬੋਈ ਬੜੀ ਆਉਂਦੀ ਹੈ ਨਾ। ਅੱਛਾ, ਓਹੋ, ਬੋ ਬੱਕਰੇ, ਮੈਂ ਕਹਿੰਦਾ ਕਿ ਜਿੱਥੇ ਜਾਣ ਕੀੜੇ ਤੇ ਛਿਪਕੜੀਆਂ ਸਾਰੇ ਮਰ ਜਾਂਦੇ ਨੇ, ਬੱਕਰੇ ਦਾ ਬੜਾ ਫਾਇਦਾ। ਹਲਫ ਬਰਦਾਰੀ ਕੀ ਤਕਰੀਬ ਮੇਂ ਆਪ ਜਾ ਰਹੇ ਹੈ, ਵਹਾਂ ਵੀ ਕੁਛ ਸਦਕੇ ਕੇ ਬੱਕਰੇ ਸ਼ਕਰੇ ਦੇਣੇ ਹੋਣਗੇ, ਆਪਕੋ ਬੁਲਾਇਆ ਬਣੀ ਗਾਲਾ ਮੇਂ? ਜਨਾਬੇ ਆਲੀ, ਮੈਨੂੰ ਹੈਲੀਕਾਪਟਰ ਤੋਂ ਰੱਖਿਆ ਹੈ। ਅੱਛਾ ਜੀ, ਹਾਂਜੀ, ਉੱਥੇ ਮੈਂ ਹੈਲੀਕਾਪਟਰ ਤੋਂ ਜੰਪ ਮਾਰੋਗੇ? ਨਹੀਂ, ਜੰਪ ਨਹੀਂ ਮਾਰਨੀ ਜੀ, ਅੱਲਾ ਮਾਫ ਕਰੇ ਭਾਈ ਜਾਨ, ਕਿਉਂ ਮਰਵਾਉਣਾ ਜੇ? ਅਸੀਂ ਉੱਤੋਂ ਜਨਾਬ ਗੋਸ਼ਤ ਦੇ ਪੈਕਟ ਬਣਾ ਬਣਾ ਉੱਥੇ ਥੱਲੇ ਸੁੱਟਾਂਗੇ ਲੋਕਾਂ ਨੂੰ। ਹਾਂਜੀ, ਖੁਸ਼ੀ ਜੀ ਨਾ, ਵਜ਼ੀਰ ਆਜ਼ਮ ਸਾਹਿਬ ਬਣ ਰਹੇ ਨੇ, ਅਸੀਂ ਸਾਡਾ ਕੰਟਰੈਕਟ ਹੋਇਆ, ਗੋਸ਼ਤ ਅਸੀਂ ਸਾਰਾ ਸਪਲਾਈ ਕਰਨਾ ਹੈ। ਅੱਛਾ ਅੱਛਾ, ਹਾਂਜੀ, ਬਸ ਨਰਮ ਹੋਣਾ ਚਾਹੀਦਾ, ਭਾਵੇਂ ਜਿਸ ਪੈਟਰੋਲ ਮਹਿੰਗਾ ਹੋ ਜਾਂ ਸਸਤਾ ਹੋ, ਇਸ ਆਪਕੇ ਪ੍ਰੋਫੈਸ਼ਨ ਮੇਂ ਵੀ ਕੋਈ ਫਰਕ ਪੜਤਾ ਹੈ? ਨਹੀਂ ਜੀ ਸਰ, ਅਸੀਂ ਬਸ ਨਾ ਰੇਟ ਪੈਟਰੋਲ ਦੇ ਸਭ ਤੋਂ ਵਧਾ ਦਿੰਦੇ ਹਾਂ, ਸਾਡੀ ਮਸ਼ੀਨਾਂ ਜਿਹੜੀ ਪੈਟਰੋਲ ਤੋਂ ਨਹੀਂ ਚੱਲਦੀਆਂ, ਬਿਜਲੀ ਤੋਂ, ਲੇਕਿਨ ਅਸੀਂ ਫਿਰ ਵੀ ਕਹਿ ਦਿੰਦੇ ਹਾਂ ਕਿ ਪੈਟਰੋਲ ਮਹਿੰਗਾ ਹੋਏਗੀ ਸੂਰਤ ਮੇਂ ਆਪਣੇ। ਮਸ਼ੀਨੇ ਕੌਣ ਸੀ ਆਪ ਲੋਗੇ ਪਾਸ? ਸਾਡੇ ਕੋਲ ਜਨਾਬ ਅੱਛਾ ਪਾਰਟ ਹੈ, ਮਸ਼ੀਨਾਂ ਲਾਈਆਂ ਤੁਸੀਂ ਕੰਮ ਲਈ? ਉਹ ਨਹੀਂ, ਸਾਡੀਆਂ ਲੂਮਾਂ ਨਹੀਂ, ਉਹ ਭਾਈ ਜਾਨ ਗੱਲ ਹੈਗੀ ਹੈ ਜੇ ਸਾਡੇ ਕੋਲ ਇਹਨੇ ਕੀਮਾ ਬਣਾਉਣ ਵਾਲੀ ਮਸ਼ੀਨ, ਸਾਡੇ ਕੋਲ ਹੈ ਜਨਾਬੇ ਵਾਲੀ ਗੋਸ਼ਤ ਦੀ ਹੱਡੀਆਂ ਪਰੇ ਕਰਨ ਵਾਲੀ ਅਤੇ ਜਨਾਬ ਗੋਸ਼ਤ ਪਰੇ ਕਰਨ ਵਾਲੀ ਮਸ਼ੀਨ। ਅੱਛਾ, ਇਹ ਡਾਲਰ ਮਹਿੰਗਾ ਸਸਤਾ, ਉਸੇ ਵੀ ਆਪਕੋ ਫਰਕ ਪੜਤਾ, ਕਿਉਂਕਿ ਅਭੀ ਹਮਾਰੇ ਪਾਸ ਜੋ ਲੇਟੈਸਟ ਖਬਰ ਹੈ 124 ਤੱਕ ਆ ਗਿਆ, ਕੁਛ ਕਹਿੰਦੇ 121 ਤੱਕ, ਇਸੇ ਵੀ ਨੀਚੇ ਆ ਜਾਏਗਾ, ਤੋ ਆਪਕਾ ਕੋਈ ਫਰਕ ਪੜੇਗਾ? ਇਹ ਜੋ ਆਪ ਖਰੀਦੋ ਫਰੋਖਤ ਕਰਤੇ, ਉਹ ਪੈਣ ਪੈਂਦਾ, ਕਿਉਂ ਨਹੀਂ ਪੈਂਦਾ? ਜਿਹੜੇ ਕੋਈ ਫਾਰਨਰ ਆਉਂਦੇ ਨੇ ਸਾਡੇ ਕੋਲ, ਕਿਤੋਂ ਬੱਕਰੇ ਮੰਗਾਉਂਦੇ? ਨਹੀਂ ਭਾਈ ਜਾਨ, ਫਾਰਨਰ ਆਉਂਦੇ ਨੇ ਸਾਡੇ ਕੋਲ, ਬਹੁਤ ਸਾਰੇ ਅੰਬੈਸੀਆਂ ਦੇ ਇੰਪਲੋਏ ਹੁੰਦੇ ਨੇ ਬਾਹਰ ਦੇ, ਜਿਹੜੇ ਲੋਕ ਹੁੰਦੇ ਨੇ। ਅੱਛਾ, ਅੰਬੈਸੀਆਂ ਸੇ ਵੀ ਤਲਕਾਤ ਹੈ? ਤਲਕਾਤ ਹੈ ਕਿਹੜੇ? ਗੱਲ ਸੁਣੋ, ਕਿਹੜੀ ਅੰਬੈਸੀ ਨਾਲ ਜ਼ਿਆਦਾ ਤਲਕ? ਵੀਜ਼ਾ ਸ਼ੀਜ਼ਾ ਲਵਾ ਦੇ ਸਰ, ਮੈਂ ਤੁਹਾਨੂੰ ਵੀਜ਼ਾ ਕੀ, ਮੈਂ ਕਹਿੰਦਾ ਮੈਂ ਉਤੋਂ ਲੀਮੂ ਨਵਾ ਦਿਆਂਗਾ ਤੁਹਾਡੇ ਵੀਜ਼ੇ ਤੇ, ਤੁਸੀਂ ਗੱਲ ਕਰੋ, ਮੈਂ ਇਹ ਕੰਮ ਵੀ ਕਰਨਾ, ਮੇਰੇ ਡਾਇਰੈਕਟ ਤਲਕ ਜ਼ਿਆਦਾ ਅੱਛਾ ਤੁਹਾਡਾ? ਮੇਰਾ ਜਨਾਬੇ ਆਲੀ, ਸ੍ਰੀਲੰਕਾ ਦੀ ਮੈਸੇਜ ਬੜਾ ਪੱਕਾ ਤਲਕ ਹੈ। ਕਿਸ ਨਾਲ? ਸ੍ਰੀਲੰਕਾ। ਤੁਸੀਂ ਇੱਕ ਵਾਰੀ ਗੱਲ ਕਰੋ ਸਹੀ, ਤੁਹਾਡੇ ਬੂਹੇ ਚ ਨਾ ਵੀਜ਼ਾ ਆਏ, ਬੱਚੇ ਸਾਲਮ ਕਰਾਓ, ਬੰਦਾ ਸ੍ਰੀਲੰਕਾ ਚਲਾ ਜਾਂਦਾ। ਕੋਈ ਯੂਰਪ ਕੀ ਬਾਤ ਕਰੋ, ਯੂਰਪ ਦਾ ਇੱਕ ਸ਼ਹਿਰ ਬਲਕਿ ਇੱਕ ਮੁਲਕ ਬਹੁਤ ਇੰਪੋਰਟੈਂਟ ਮੁਲਕ ਹੈ, ਕਿਹੜਾ? ਭੂਟਾਨ। ਉੱਥੇ ਤੁਸੀਂ ਭੈਣ ਜਾਣਾ ਹੈ ਤੇ ਭਾਈ ਦੇ ਬਹੁਤ ਵਾਕਫ ਹੈਗੇ, ਤੁਹਾਨੂੰ ਮੈਂ ਕਹਿੰਦਾ ਕਿ ਬੜੇ ਰੇਂਜੀ ਰੇਟ 'ਚ ਟਿਕਟ ਮਿਲਣਾ ਵੀਜ਼ਾ ਨਹੀਂ। ਸਹੀ, ਤੁਮੇ ਕਿਸੇ ਜਗ੍ਹਾ ਕਸਾਈ ਬਣਾਇਆ ਹੈ ਤੁਮੇ? ਭੂਟਾਨ, ਸ੍ਰੀਲੰਕਾ। ਉਹ ਭਾਈ ਜਾਨ, ਤੁਹਾਡਾ ਭਾਈ, ਉਹਦਾ ਨਾਂ ਚੱਲਦਾ ਮੇਰਾ ਨਾਂ ਬਾਈ, ਮੈਂ ਯਕੀਨ ਮੰਨੋ ਕਿ 20 ਮਿੰਟ ਚ ਬੱਕਰਾ ਥੱਲੇ ਟਾਣਾ। ਅੱਛਾ, ਇਹ ਬਤਾਏ, ਆਪਕੀ ਬੜੀ ਮੰਗ ਹੈ, ਇਹ ਸੁਪਰ ਸਟਾਰ ਜਿਤਨੇ ਵੀ ਹੈ, ਇਹ ਕਹਤੇ ਹੈ ਜੀ ਅਗਰ ਗੋਸ਼ਤ ਆਏਗਾ ਤਾਂ ਪੱਪੂ ਕਸਾਈ ਕੇ ਹਾਸੇ ਆਏਗਾ, ਐਸਾ ਕਿਆ ਜਾਦੂ ਕੀਆ ਵਾ? ਸਰ ਕੱਲ ਗੋਸ਼ਤ ਨਹੀਂ ਹੁੰਦਾ ਨਾ, ਕੀ ਨਾਲ ਹੁੰਦਾ? ਲਾਜ਼ਮਾਤ ਵੀ ਹੁੰਦੇ ਨੇ, ਪੂਰਾ ਸੈਟਅਪ ਹੁੰਦਾ ਹੈ, ਪੂਰਾ ਪੈਕੇਜ ਦਿੰਦੇ ਹੋ? ਪੂਰਾ ਪੈਕੇਜ ਦਿੰਦੇ ਹੋ? ਦੁਬਈ? ਦੁਬਈ ਨਹੀਂ ਜੀ, ਹਾਂਜੀ, ਐਡੀ ਦੁਬਈ ਜਾਣ ਨਹੀਂ ਦਿੰਦੇ ਮੈਨੂੰ। ਅੱਛਾ, ਉਹ ਕਹਿੰਦੇ ਨੇ ਜਨਾਬ ਮੇਰੀ ਬਗਲਾ ਚ ਕਹਿੰਦਾ ਛੁਰੀਆਂ ਨਿਕਲ ਆਉਂਦੀਆਂ ਨੇ ਵਿੱਚੋਂ। ਵੈਸੇ ਗੱਲ ਤੁਹਾਡੀ ਠੀਕ ਹੈ, ਹਾਂਜੀ, ਮਾਸ਼ਾਅੱਲਾ, ਰੋਲੇ ਵਾਲੀ ਗੱਲ ਹੈ, ਤੇ ਦੁਬਈ ਨਹੀਂ ਜਾਣ ਦਿੰਦੇ, ਲੇਕਿਨ ਅਸੀਂ ਛੋਟੀ ਮੋਟੀ ਪਾਰਟੀ ਪੂਟੀ ਇੰਜ ਹੀ ਕਰ ਦਿੰਦੇ ਹਾਂ। ਉਹ ਇੱਕ ਵਾਰੀ ਜੀ ਮੈਨੂੰ ਕੱਚੀ ਸ਼ਰਾਬ ਪਿਲਾ ਦਿੱਤੀ ਕਿਸੇ ਨੇ। ਅੱਛਾ, ਕੱਚੀ ਸ਼ਰਾਬ? ਉਹ ਮੈਂ ਸਾਰੀ ਰਾਤ ਛੱਪੜ ਤੇ ਨੱਚਦਾ ਹੀ ਫਿਰਾਂ ਕਿ ਜਨਾਬ ਆਜ ਬਲੂ ਹੈ ਪਾਣੀ 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 ਪਾਣੀ। ਅੱਛਾ ਜੀ, ਆਪਕੀ ਇਹ ਬਿਊਟੀ ਕਾ ਰਾਜ਼ ਕਿਆ? ਕਸਾਈ ਜੋ ਹੋਤੇ ਹੈ ਵੋ ਤੋ ਜ਼ਰਾ ਕੋਈ ਹੈਬਤਨਾਕ ਚਿਹਰਾ, ਕੋਈ ਹੈ ਜੀ ਡਾਰਕ ਕਲਰ, ਤੁਸੀਂ ਤੇ ਮਾਸ਼ਾਅੱਲਾ ਬਿਲਕੁਲ ਐਸੇ ਕੋਈ ਤਿਆਰ ਹੋ ਕੇ ਕਿਸੇ ਪਾਰਲਰ ਸੇ ਆਤੇ ਹੈ ਯਾ ਕਿਆ? ਪੜ੍ਹੇ ਲਿਖੇ ਕਸਾਈ ਹੈ? ਉਹ ਸਾਰੇ ਗੱਲ ਨਹੀਂ ਹੈਗੀ, ਜਾਂ ਕਿਸੇ ਕੇ ਖੌਫ ਸੇ ਕਸਾਈ ਹੋਏ ਹਾਂ? ਭਾਈ ਜਾਨ, ਮੈਂ ਜਨਾਬੇ ਵਾਲੀ ਬੜੇ ਤਲਕਾਤ ਬਾਤ ਉੱਤੇ ਤੱਕ ਨੇ, ਬਹੁਤ ਉੱਤੇ, ਮੈਂ ਬੜੀ ਤਕਲੀਫਾਂ ਬਰਦਾਸ਼ਤ ਕਰਕੇ ਕਸਾਈ ਪੜ੍ਹਿਆ। ਤੀਸਰੀ ਮੰਜ਼ਿਲ ਤੱਕ ਹੈ ਆਪਕੇ ਜਨਾਬ? ਤੀਸਰੀ ਮੰਜ਼ਿਲ ਲਈ ਮੈਂ ਬੜੀ ਤਕਲੀਫਾਂ ਬਰਦਾਸ਼ਤ ਕੀਤੀਆਂ ਨੇ। ਤਕਲੀਫ ਤੇ ਮੈਨੂੰ ਪਤਾ, ਤੁਸੀਂ ਚੌਥੀ ਕਲਾਸ ਸੀ ਉਦੋਂ ਦੀ ਤੁਹਾਨੂੰ ਤਕਲੀਫ ਸ਼ੁਰੂ ਹੋਈ? ਭਾਈ ਜਾਨ, ਮੈਂ ਬੜਾ ਤਕਲੀਫ ਦਿੰਦਾ, ਮੈਂ ਤੁਹਾਨੂੰ ਅਗਰ ਇਹ ਬਤਾਏ, ਸਾਤਵੀਂ ਕਲਾਸ ਮੈਂ ਆਪਕਾ ਬਸਤਾ ਪਾਟ ਗਿਆ ਤਾਂ ਫਿਰ ਆਪਨੇ ਤਲੀਮ ਕਿਉਂ?
ਫੁੱਪੋ ਮੇਰੀ ਉਹਦੇ ਸਿੱਖਿਆ ਤਿੰਨ ਬੰਦੇ ਤਿੰਨ ਸ਼ਾਦੀਆਂ ਕੀਤੀਆਂ ਨੇ ਫੁੱਪੋ ਨੇ ਤਿੰਨੋਂ ਬੰਦੇ ਮਾਰ ਗਏ ਫੁੱਪੋ ਐਡੀ ਡੈਡੀ ਸੀ ਉਹਨੇ ਮੈਨੂੰ ਕੰਮ ਸਿਖਾਇਆ ਗਿਆ ਪੁੱਤਰ ਇੰਝ ਬੰਦਾ ਹਲਾਲ ਕਰੀਦਾ ਅਤੇ ਬੱਕਰਾ ਹਲਾਲ ਕਰੀਦਾ ਖਵਾਤੀਨ ਹਜ਼ਰਾਤ ਹਮਾਰੇ ਸਾਥ ਮੌਜੂਦ ਹੈ ਪਾਕਿਸਤਾਨ ਪੀਪਲਸ ਪਾਰਟੀ ਕੇ ਜਨਾਬ ਪੀ 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 ਕੇ ਜਨਾਬ ਇੱਕ ਐਸੀ ਸ਼ਖਸੀਅਤ ਜਿਨਕਾ ਵੈਸੇ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਕੰਪੇਨ ਮੈਂ ਬਹੁਤ ਜ਼ਿਆਦਾ ਨਜ਼ਰ ਆਏ ਲੇਕਿਨ ਇਨਕਾ ਇੱਕ ਫੈਸਲਾ ਚਲਤਾ ਵਾ ਮੈਂ ਨਜ਼ਰ ਨਹੀਂ ਆਤਾ ਕੋ ਚੇਅਰਪਰਸਨ ਹੈ ਜਨਾਬ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਬਿਲਾਵਲ ਸਾਹਿਬ ਸਲਾਮ ਅਲੈਕੁਮ ਵਾਲੇਕੁਮ ਅਸਲਾਮ ਅਤੀਕੁਰ ਰਹਿਮਾਨ ਪੱਟੀ ਵਾਹ ਵਾਹ ਬਿਲਾਵਲ ਸਾਹਿਬ ਕਿਸੇ ਜੰਗਲ 'ਚ ਰਿਹਾਇਸ਼ ਰੱਖ ਲਈ ਹੈ ਜਾਂ ਕੋਈ ਅਫਰੀਕਾ 'ਚੋਂ ਬਰਾਹ ਰਾਸ ਕਾਲ 'ਤੇ ਗਏ ਹੋ ਬਿਲਾਵਲ ਸਾਹਿਬ ਇਹ ਬਤਾਈਏਗਾ ਕਿ ਗ੍ਰੈਂਡ ਲਾਈਨਸ ਬਣਾ ਲਈ ਆਪੋਜੀਸ਼ਨ ਕਾ ਉਨ ਜਮਾਤੋਂ ਕੇ ਸਾਥ ਜਿਨਕੇ ਉੱਪਰ ਸਾਰੇ ਪਿਛਲੇ 5 ਸਾਲ ਆਪ ਲੋਕ ਇਲਜ਼ਾਮ ਲਗਾਤੇ ਰਹੇ ਅਬ ਆਪ ਉਨਕੇ ਭਾਈ ਭਾਈ ਬਣ ਗਏ ਔਰ ਆਪ ਆਪੋਜੀਸ਼ਨ ਮੇਂ ਆ ਗਏ ਉਨਸੇ ਮਿਲ ਕੇ ਪਾਕਿਸਤਾਨ ਪੀਪਲ ਪਾਰਟੀ ਕਾ ਹਮੇਸ਼ਾ ਸੇ ਯੇ ਮਨਸ਼ੂਰ ਹੈ ਕਿ ਹਮ ਹਮੇਸ਼ਾ ਮਜ਼ਲੂਮ ਔਰ ਬੇਚਾਰੀ ਆਵਾਮ ਕੇ ਸਾਥ ਹੈ ਭਾਸ਼ਣ ਨਹੀਂ ਚਾਹੀਏ ਜਵਾਬ ਦੇਤੇ ਹੈਂ ਬਿਲਾਵਲ ਸਾਹਿਬ ਬਾਤ ਘੁਮਾ ਦੇਤੇ ਹੈਂ ਆਪ ਮੈਂ ਆਪ ਸੇ ਯੇ ਪੂਛ ਰਹਾ ਹੂੰ ਕਿ ਵੋ ਪਾਰਟੀ ਜੋ ਆਪ ਇਲਜ਼ਾਮ ਲਗਾਤੀ ਰਹੀ ਆਪਕੇ ਵਾਲਿਦ ਸਾਹਿਬ ਕਾ ਪੇਟ ਫਾੜ ਕੇ ਔਰ ਯੇ ਕਰ ਦੇਂਗੇ ਵੋ ਕਰ ਦੇਂਗੇ ਅਬ ਆਪ ਉਨਕੇ ਸਾਥ ਮੁਲਾਕਾਤੇ ਕਰ ਰਹੇ ਹੈਂ ਪੇਟ ਫਟਾ ਤੋ ਨਹੀਂ ਨਾ ਵਾਲਿਦ ਸਾਹਿਬ ਕਾ ਪੇਟ ਫਟਾ ਤੋ ਨਹੀਂ ਇਸ ਵਜ੍ਹਾ ਸੇ ਹਮ ਜਮਹੂਰੀਅਤ ਕੀ ਆਲਾ 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 ਮਿਸਾਲ ਕਾਇਮ ਕਰੇਂਗੇ ਕਰੇਂਗੇ ਔਰ ਹਮ ਹਮ ਇਮਰਾਨ ਖਾਨ ਜੋ ਹਮਾਰਾ ਮੈਂਡੇਟ ਚੋਰੀ ਕਰ ਰਹਾ ਹੈ ਇਮਰਾਨ ਖਾਨ ਹਮਾਰਾ ਮੈਂਡੇਟ ਚੋਰੀ ਕਰ ਰਹਾ ਹੈ ਲਿਆਰੀ ਵਾਲੋ ਨੇ ਆਪਕੋ ਵੈਸੇ ਇਸਕਾ ਜਵਾਬ ਬਹੁਤ ਅੱਛਾ ਦਿਆ ਥਾ ਚੋਰੀ ਕਾ ਲਿਆਰੀ ਕੇ ਲੋਕ ਅਭੀ ਬੱਚੇ ਹੈ ਸਮਝਤੇ ਨਹੀਂ ਕਿ ਬਿਲਾਵਲ ਸਾਹਿਬ ਇੱਕ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਮੀਆਂ ਸਾਹਿਬ ਔਰ ਉਨਕੀ ਪਾਰਟੀ ਨੇ ਜਨਾਬ ਇੱਕ ਦਫਾ ਸ਼ਹੀਦ ਮੁਹਤਰਮਾ ਬੇਨਜ਼ੀਰ ਭੁੱਟੋ ਸਾਹਿਬਾ ਕੀ ਕੁਛ ਐਸੀ ਤਸਵੀਰ ਫੈਂਕਵਾਈ ਥੀ ਹੈਲੀਕਾਪਟਰ ਸੇ ਜੋ ਕਿ ਬਿਆਨ ਕੇ ਵੀ ਕਾਬਿਲ ਨਹੀਂ ਹੈ ਆਪ ਉਨ੍ਹੀਂ ਕੇ ਸਾਥ ਮਿਲ ਗਏ ਹੈ ਯੇ ਕੈਸੀ ਜਮਹੂਰੀਅਤ ਹੈ ਔਰ ਯੇ ਕੈਸਾ ਇਲਾਕਾ ਹੈ ਵੋ ਤੋ ਮੇਰੀ ਵੀ ਇਸ ਤਰ੍ਹਾਂ ਕੀ ਤਸਵੀਰ ਫਿਕਵਾਤੇ ਹੈ ਮੈਨੇ ਕੋ ਮਾਇੰਡ ਕੀਆ ਬਾਤ ਯੇ ਹੈ ਕਿ ਜਮਹੂਰੀਅਤ ਕੀ ਖਾਤਿਰ ਕੋਈ ਵੀ ਕੁਰਬਾਨੀ ਦੇ ਗੁਜ਼ਰੂੰਗਾ ਆਖਰੀ ਸਵਾਲ ਵਕਤ ਮੇਰੇ ਪਾਸ ਕਮ ਹੈ ਯੇ ਬਤਾ ਦੇ ਡਿਪਟੀ ਸਪੀਕਰ ਆਪਕਾ ਔਰ ਸਪੀਕਰ ਆਪਕਾ ਯਾਨੀ MMA ਜੋ ਇਤਿਹਾਦ ਹੈ ਆਪਕਾ ਔਰ ਉਸਕੇ ਬਾਅਦ ਵਜ਼ੀਰ ਆਜ਼ਮ ਕੇ ਲੀਏ ਵੀ ਨਾਮ ਆਪ ਤੋ ਨਾ ਇੰਤਖਾਬਾਤ ਮਾਨ ਰਹੇ ਹੈ ਨਤਾਇਜ ਮੁਸਤਰਦ ਕਰ ਰਹੇ ਹੈ ਜਾਂ ਅਸੈਂਬਲੀ ਮੇ ਰਹੇ ਹੈ ਵਜ਼ੀਰ ਆਜ਼ਮ ਆਪਣਾ ਲੈ ਕੇ ਆ ਰਹੇ ਹੈ ਯੇ ਕਿਆ ਤਮਾਸ਼ਾ ਔਰ ਪਿਛਲੇ 20 ਦਿਨ ਕੀ ਸਭ ਸੇ ਮਜ਼ਾਹੀਆ ਖਬਰ ਯਹੀ ਹੈ ਬਾਤ ਯੇ ਹੈ ਕਿ ਆਪ ਹਮ ਇਕਤਦਾਰ ਕਾ ਕਮ ਅਜ਼ ਕਮ ਚਸਕਾ ਤੋ ਲੇਂਗੇ ਹਮਾਰੇ ਹਕੂਕ ਕੇ ਉੱਪਰ ਡਾਕਾ ਡਾਲੇ ਹੈ ਹਮ ਇਸਕੇ ਖਿਲਾਫ ਇਤਜਾਜ ਕਰੇਂਗੇ ਚਾਹੇ ਹਮੇ ਕਿਸੀ ਦੂਸਰੇ ਮੁਲਕ ਸੇ ਇਤਿਹਾਦ ਕਿਉਂ ਨਾ ਕਰਨਾ ਪੜੇ ਲੇਕਿਨ ਹਮ ਆਪਣੀ ਆਵਾਮ ਔਰ ਆਪਣੇ ਵੋਟ ਕੇ ਤਕੱਦਸ ਕੋ ਖਰਾਬ ਨਹੀਂ ਹੋਣੇ ਦੇਂਗੇ ਔਰ ਮੁਝੇ ਖੁਰਸ਼ੀਦ ਸ਼ਾਹ ਸਾਹਿਬ ਨੇ ਰਾਤ ਕੋ ਵਟਸਐਪ ਕੀਆ ਬਿਲਾਵਲ ਪੱਕੇ ਰਹਿਣਾ ਬਹੁਤ ਬਹੁਤ ਸ਼ੁਕਰੀਆ ਆਪਕਾ ਖਵਾਤੀਨ ਹਜ਼ਰਾਤ ਯੇ ਥੇ ਬਿਲਾਵਲ ਔਰ ਯੇ ਭੁੱਟੋ ਹੈ ਜਾਂ ਜ਼ਰਦਾਰੀ ਹੈ ਯੇ ਤੋ ਅਬ ਆਪ ਖੁਦ ਫੈਸਲਾ ਕਰੇਂਗੇ ਕਿ ਫੈਸਲਾ ਕੈਸਾ ਕੀਆ ਉਹਨਾਂ ਜ਼ਰਦਾਰੀਆਂ ਵਾਲਾ ਕੀਆ ਜਾਂ ਭੁੱਟੋ ਵਾਲਾ ਕੀਆ ਬਹਰਹਾਲ ਪੱਪੂ ਸਾਹਿਬ ਆਪਨੇ ਅਭੀ ਗੁਫਤਗੂ ਸੁਣੀ ਬਿਲਾਵਲ ਸਾਹਿਬ ਕੀ ਉਹ ਬੱਚਾ ਛੋਟਾ ਹੈਗਾ ਜੀ ਅੱਛਾ ਜੀ ਛੋਟਾ ਬੱਚਾ ਇਹਨੂੰ ਸਮਝ ਕੋਈ ਨਹੀਂ ਪਿਓ ਇਹਦਾ ਬਹੁਤ ਤੇਜ਼ ਮਿੱਟੀ ਖਾਂਦਾ ਉਹਨੇ ਨਹੀਂ ਮਿੱਟੀ ਨਹੀਂ ਖਾਂਦਾ ਇਹ ਜਿਹੜਾ ਇਹ ਸ਼ੈ ਖਾਂਦਾ ਭਾਈ ਜਾਨ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਮਹਿੰਗੀ ਬਹੁਤ ਆਉਂਦੀ ਹੈ ਕੀ ਹਿਰਨ ਦਾ ਗੋਸ਼ਤ ਉਹ ਭਾਈ ਜਾਨ ਐਡਾ ਪਾਕਿਸਤਾਨ ਕੇ ਇਸ ਵਕਤ ਅਭੀ ਵੀ ਉਨਕਾ ਨਾਮ ਪਤਾ ਪਤਾ ਹੈ ਮੈਨੂੰ ਕੀ ਨਾਮ ਹੈ ਮਮਨੂਣਾ ਉਹ ਸੰਗੀ ਹੈ ਨਾ ਬਹੁਤ ਹੀ ਫੇਵਰੇਟ ਹੈ ਮੇਰਾ ਉਹ ਕਿਉਂਕਿ ਜਨਾਬ ਜਿਹੜੇ ਸ਼ੌਕੀਨ ਉਹਨੇ ਟਿੱਕਿਆਂ ਦੇ ਤੇ ਉਹਨੂੰ ਮਸਾਲੇ ਵਾਲਾ ਟਿੱਕਾ ਹੋਵੇ ਪੁੱਠ ਦਾ ਗੋਸ਼ਤ ਹੋਵੇ ਉੱਤੇ ਲੀਮੂ ਨਿਚੋੜਿਆ ਹੋਵੇ ਦਹੀਂ ਚ ਪਿਆ ਹੋਵੇ ਹਲਕਾ ਜਿਹਾ ਮੈਰੀਨੇਟ ਕੀਤਾ ਹੋਵੇ ਪੁੱਠ ਦੇ ਉੱਤੇ ਪਈਆਂ ਹੋਣ ਨਾ ਜਨਾਬ ਤੇ ਭਾਈ ਜਾਨ ਮੈਂ ਕਹਿੰਦਾ ਕੀ ਗੱਲ ਹੈ ਬਾਤ ਕੀ ਬਾਤ ਹੈ ਬਹੁਤ ਸ਼ੁਕਰੀਆ ਹਮਾਰਾ ਟਾਈਮ ਜ਼ਾਇਆ ਕਰਨੇ ਕੇ ਲੀਏ ਜਨਾਬ ਔਰ ਯਕੀਨੀ ਤੌਰ ਪਰ ਆਪ ਲੋਗੋਂ ਕੋ ਬਿਲਕੁਲ ਸਮਝ ਨਹੀਂ ਆਈ ਹੋਗੀ ਲੇਕਿਨ ਮੇਰੀ ਤਰ੍ਹਾਂ ਮਜ਼ਾ ਬਹੁਤ ਆਇਆ ਹੋਗਾ dbtv.live ਆਪ ਪਲੇ ਸਟੋਰ ਸੇ ਡਾਊਨਲੋਡ ਕਰੇ ਔਰ ਫੇਸਬੁੱਕ ਪੇਜ ਕੋ ਲਾਈਕ ਕਰੇ ਸ਼ੇਅਰ ਕਰੇ ਨਹੀਂ ਕਰੇਂਗੇ ਤਾਂ ਆਪਕੋ ਖੁਦ ਗੁਨਾਹ ਹੋਗਾ ਕਿਉਂਕਿ ਮਾਸੂਮ ਬੱਚੇ ਮਿਹਨਤ ਕਰ ਰਹੇ ਔਰ ਆਪਕੋ ਬਿਲਕੁਲ ਸ਼ਰਮ ਨਹੀਂ ਆ ਰਹੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਟੇਕ ਗੁੱਡ ਕੇਅਰ ਆਫ ਯੋਰ ਸੈਲਫ ਅੱਲਾ ਹਾਫਿਜ਼ ਟਾਟਾ ਗੁੱਡ ਬਾਏ ਵੈਲੇਂਟਾਈਨ ਡੇ